एवन पंजाबी दी नवी अपडेट लई बेल आइकन नू क्लिक करो ते एवन पंजाबी नू सब्सक्राइब करो। एसटीएफ लुधियाना रेंज दी पुलिस लुधियाना दे निर्मल पैलेस रोड ते नशा तस्करां खिलाफ चलाई गई मुहिम दे तहत 155 साला महिला तस्कर नू 440 ग्राम हेरोइन सहित काबू किया गया। एसटीएफ दी इस कारवाई ते इलाके विच खुशी दा माहौल है ते लोकां वल्लों लड्डू वंड के इस खुशी दा इजहार किया गया। इलाका निवासियां ने पुलिस दे धन्नवाद दे नाल नाल लोकां नू अपील की कि सानू सारयां नू पुलिस नाल सहयोग करना चाहीदा है तां जो नौजवानां नू नशे दी दलदल विचों कट्टिया जा सके ते नशा तस्करां ते नकेल पाई जा सके। कल परसों दे विच नशा तस्कर बहुत वड्डी गिणती विच हुंदे ने, सानू पुलिस दा पूरा सहयोग करना चाहीदा, साथ देना चाहिए। नौजवान जिहड़े नशे दे विच दलदल च फसे हुए ने उन्हां नू बाहर कढ़ना चाहिए ते सानू पुलिस दा पूरा सहयोग देना चाहिए। कल साडी एसटीएफ लुधियाना रेंज दी टीम दे एएसआई रामपाल सिंह ਅਤੇ ਇਹਦੇ ਹੋਰ ਸਾਥੀਆਂ ਦੇ ਨਿਰਮਲ ਪੈਲਸ ਰੋਡ ਨੇੜੇ ਕੁਆਲਿਟੀ ਧਰਮ ਕੰਡਾ ਨਾਕਾਬੰਦੀ ਕੀਤੀ ਹੋਈ ਸੀਗੀ, ਜਿਸ ਪਾਸ ਮੁਖਬਰੀ ਹੋਈ ਕਿ ਇੱਕ ਔਰਤ ਸੁਖਵਿੰਦਰ ਕੌਰ ਉਰਫ ਲਾਲੀ ਪਤਨੀ ਸੁਖਦੇਵ ਸਿੰਘ ਵਾਸੀ ਕਬੀਰ ਨਗਰ ਡਾਬਾ ਰੋਡ ਲੁਧਿਆਣਾ ਜੋ ਨਸ਼ੇ ਦੀ ਤਸਕਰੀ ਦਾ ਨਜਾਇਜ਼ ਧੰਦਾ ਕਰਦੀ ਆ, ਜਿਸ ਦੇ ਬਰਖਲਾ ਪਹਿਲਾਂ ਵੀ ਕਾਫੀ ਮੁਕੱਦਮੇ ਹੈਰੋਇਨ ਦੀ ਤਸਕਰੀ ਅਤੇ ਨਸ਼ੇ ਦੀ ਤਸਕਰੀ ਦੇ ਦਰਜ ਹਨ, ਜਿਸ ਨੇ ਹੁਣ ਆਪਣੀ ਸਕੂਟਰੀ ਦੇ ਉੱਪਰ ਫੋਕਲ ਪੁਆਇੰਟ ਏਰੀਏ ਦੇ ਵਿੱਚ ਹੈਰੋਇਨ ਦੀ ਸਪਲਾਈ ਦੇਣ ਲਈ ਜਾਣਾ ਹੈ। ਜੋ ਮੁਖਬਰੀ ਪੱਕੀ ਹੋਣ 'ਤੇ ਏਐਸਆਈ ਰਾਮਪਾਲ ਸਿੰਘ ਨੇ ਸਾਡੇ ਐਸਟੀਐਫ ਥਾਣਾ ਫੇਸ 4 ਮੋਹਾਲੀ ਮੁਕੱਦਮਾ ਨੰਬਰ 29 NDPS ਐਕਟ ਦਰਜ ਕਰਾ ਕੇ ਮੌਕਾ ਪਰ ਮਾਨਯੋਗ DSP ਸਾਹਿਬ SDF ਲੁਧਿਆਣਾ ਜੀ ਨੂੰ ਕਾਲ ਕਰਕੇ ਬੇਨਤੀ ਕਰਕੇ ਬੁਲਾਇਆ। ਜਦੋਂ ਉੱਥੇ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਨਾਕਾਬੰਦੀ ਦੌਰਾਨ ਇਹ ਔਰਤ ਆਪਣੀ ਐਕਟਿਵਾ ਸਕੂਟਰੀ ਪਰ ਸਵਾਰ ਹੋ ਕੇ ਆਪਣੇ ਘਰ ਵੱਲੋਂ ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਜਦੋਂ ਰੋਕ ਕੇ ਇਹਦੀ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਇਹਦੇ ਪਾਸੋਂ 440 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ। ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਸੀਂ ਇਹ ਪਤਾ ਲਗਾਵਾਂਗੇ ਵੀ ਇਹਦੀ ਪਾਈਪਲਾਈਨ ਇਹ ਕਿੱਥੋਂ ਸਪਲਾਈ ਲੈਂਦੀ ਆ ਅਤੇ ਕਿੱਥੇ ਕਿੱਥੇ ਸਪਲਾਈ ਦਿੰਦੀ ਆ, ਇਸ ਧੰਦੇ ਦੇ ਵਿੱਚ ਇਹਦੇ ਨਾਲ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਿਲ ਹਨ। ਸਰ, ਇਸਦੀ ਬੈਕਗਰਾਊਂਡ ਕੀ ਆ? ਇਸ ਦੇ ਜੋ ਹੁਣ ਤੱਕ ਦੀ ਪੁੱਛਗਿੱਛ ਅਤੇ ਰਿਕਾਰਡ ਤੋਂ ਇਹ ਪਤਾ ਲੱਗਿਆ ਵੀ ਇਹਨਾਂ ਇਸ ਦੇ ਬਰਖਿਲਾਫ਼ ਅਤੇ ਇਸ ਦੇ ਪਰਿਵਾਰ ਦੇ ਬਰਖਿਲਾਫ਼ ਕਰੀਬ 6-7 ਮੁਕੱਦਮੇ NDPS ਐਕਟ ਦੇ ਦਰਜ ਹਨ ਅਤੇ ਇੱਕ ਇਸ ਦਾ ਲੜਕਾ ਲਵਪ੍ਰੀਤ ਸਿੰਘ ਉਰਫ ਸਨੀ, ਜਿਸ ਨੇ ਕਰੀਬ 1.5-2 ਸਾਲ ਪਹਿਲਾਂ ਸਾਡੇ ਇੱਕ ਪੁਲਿਸ ਅਫਸਰ 'ਤੇ ਜੋ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸੰਬੰਧ ਵਿੱਚ ਨਾਕਾਬੰਦੀ ਪਰ ਹਾਜ਼ਰ ਸੀ, ਉਸ ਪਰ ਵੀ ਇਹਨੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਹੁਣ ਹੈਵੀ ਕੁਆਂਟਿਟੀ ਦੇ ਵਿੱਚ ਹੈਰੋਇਨ ਫੜੇ ਜਾਣ 'ਤੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਵਿੱਚ ਬੰਦ ਹੈ। ਸਰ, ਏਰੀਏ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਹੈ ਵੀ ਨਸ਼ਾ ਤਸਕਰ ਜਿਹੜੀ ਲੇਡੀਜ਼ ਫੜੀ ਗਈ ਹੈ, ਲੋਕਾਂ ਨੇ ਲੱਡੂ ਵੰਡਿਆ ਔਰ ਕਾਫੀ ਖੁਸ਼ੀ ਮਨਾਈ ਔਰ ਸਾਨੂੰ ਵੀ ਕਈ ਫੋਨ ਆਏ ਨੇ, ਕਈਆਂ ਨੇ ਦੱਸਿਆ ਵੀ ਬਹੁਤ ਲੋਕ ਖੁਸ਼ ਨੇ, ਉਹਨਾਂ ਨੇ ਦੱਸਿਆ ਵੀ ਸਾਡਾ ਇਸ ਮੁਹੱਲੇ ਵਿੱਚ ਅਤੇ ਇਲਾਕੇ ਦੇ ਵਿੱਚ ਇਹਨਾਂ ਨੇ ਇੰਨੀ ਨਸ਼ਾ ਤਸਕਰੀ ਦਾ ਉਹ ਕਰ ਰਹੇ ਸੀਗੇ ਕਿ ਜੋ ਆਮ ਪਬਲਿਕ ਰਾਹਗੀਰ ਇਲਾਕੇ ਦੇ ਨਿਵਾਸੀ ਬਹੁਤ ਜ਼ਿਆਦਾ ਦੁਖੀ ਸਨ ਇਹਨਾਂ ਤੋਂ, ਉਹ ਬਹੁਤ ਖੁਸ਼ੀ ਜ਼ਾਹਰ ਕਰ ਰਹੇ ਨੇ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ, ਕਈਆਂ ਨੇ ਆਪਣੀ ਖੁਸ਼ੀ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ।